ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਇੱਕ ਪੈਸੇਂਜਰ ਰੇਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਪ੍ਰੈਲ ਨੂੰ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਮੌਜੂਦ ਰਹਿ ਸਕਦੇ ਨੇ। ਸ਼ੇਖ ਹਸੀਨਾ 4 ਦਿਨਾਂ ਭਾਰਤ ਦੌਰੇ ਤੇ ਇਸ ਸੰਬੰਧ ਵਿੱਚ ਬੀਤੇ ਦਿਨੀ ਭਾਰਤ ਆਏ ਨੇ। 1965 ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਰੇਲ ਯਾਤਾਯਾਤ ਨੂੰ ਇੱਕ ਵਾਰ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਬੰਗਲਾਦੇਸ਼ ਦੇ ਵਿੱਚ ਚੱਲਣ ਵਾਲੀ ਇਹ ਰੇਲ ਨੇਪਾਲ ਅਤੇ ਭੂਟਾਨ ਵਿੱਚ ਵੀ ਜੋੜੇਗੀ। ਚਾਰ ਦੇਸ਼ਾਂ ਨੂੰ ਜੋੜਨ ਵਾਲੀ ਇਹ ਨਵੀਂ ਰੇਲ ਨਾਲ ਸੀਮਾ ਪਾਰ ਦੇ ਇਲਾਕਿਆਂ ਦੇ ਨਾਲ ਵਪਾਰ ਅਤੇ ਆਵਾਜਾਈ ਨੂੰ ਵੀ ਵਧਾਵਾ ਮਿਲੇਗਾ।